ਸਾਡੀ ਪੰਜਾਬੀ ਇੰਡਸਟਰੀ ਵਿੱਚ ਇੱਕ ਅਜਿਹੇ 뮤직 ਡਾਇਰੈਕਟਰ ਨੇ ਜਿਨ੍ਹਾਂ ਦੇ ਅਸੀਂ ਜਿਹੜੇ-ਜਿਹੜੇ ਵੀ ਗਾਣੇ ਸੁਣੇ ਨੇ ਹਮੇਸ਼ਾ ਹੀ ਉਹਨਾਂ ਗਾਣਿਆਂ ਨੂੰ ਇੰਜੋਏ ਵੀ ਕੀਤਾ ਹੈ ਤੇ ਅਸੀਂ ਉਹਨਾਂ ਦੀ ਆਵਾਜ਼ ਵਿੱਚ ਵੀ ਕਈ ਸੁਪਰਹਿੱਟ ਸੌਂਗਸ ਨੂੰ ਇੰਜੋਏ ਕਰ ਚੁੱਕੇ ਹਾਂ। ਜਿਵੇਂ ਮੈਂ ਗੱਲ ਕਰ ਰਹੀ ਹਾਂ ਰੀਸੈਂਟਲੀ ਵੇ ਬੇਬੀ ਵੇ ਸੌਂਗ ਨੂੰ 뮤직 ਦੇਣ ਵਾਲੇ ਸੁਖੀ 뮤지컬 ਡਾਕਟਰਸ ਦੀ। ਤੁਹਾਨੂੰ ਮੈਂ ਦੱਸ ਦਵਾਂ ਕਿ ਰੀਸੈਂਟਲੀ ਅਸੀਂ ਸਾਰਿਆਂ ਨੇ ਵੇ ਬੇਬੀ ਵੇ ਸੌਂਗ ਵਿੱਚ ਸੁਖੀ 뮤지컬 ਡਾਕਟਰਸ ਦਾ 뮤직 ਬੇਹੱਦ ਹੀ ਜ਼ਿਆਦਾ ਇੰਜੋਏ ਕੀਤਾ ਤੇ ਸਾਨੂੰ ਸਾਰਿਆਂ ਨੂੰ ਇਸ ਗਾਣੇ ਵਿੱਚ ਉਹਨਾਂ ਦਾ 뮤직 ਬਹੁਤ ਪਸੰਦ ਵੀ ਆਇਆ। ਇਸ ਗਾਣੇ ਨੂੰ ਗਾਇਆ ਗਿਆ ਸੀ ਗਿੱਪੀ ਗਰੇਵਾਲ ਵੱਲੋਂ ਤੇ ਉੱਥੇ ਹੁਣ ਮੈਂ ਤੁਹਾਨੂੰ ਦੱਸ ਦਵਾਂ ਕਿ ਜਿੱਥੇ ਅਸੀਂ ਲਗਾਤਾਰ ਉਹਨਾਂ ਦਾ ਗਾਣਿਆਂ ਵਿੱਚ 뮤직 ਇੰਜੋਏ ਕੀਤਾ ਹੈ, ਉਹਨਾਂ ਦੀ ਆਵਾਜ਼ ਵਿੱਚ ਗਾਣੇ ਇੰਜੋਏ ਕੀਤੇ ਨੇ, ਉੱਥੇ ਹੀ ਹੁਣ ਉਹਨਾਂ ਨੇ ਆਪਣੇ ਅਗਲੇ ਗਾਣੇ ਦੀ ਤਿਆਰੀ ਵੀ ਖਿੱਚ ਲਈ ਹੈ ਤੇ ਹੁਣ ਸੁਖੀ 뮤지컬 ਡਾਕਟਰਸ ਵੱਲੋਂ ਆਪਣੇ ਇੰਸਟਾਗ੍ਰਾਮ ਪੋਰਟਲ ਤੇ ਇੱਕ ਫੋਟੋ ਸ਼ੇਅਰ ਕਰਕੇ ਸਾਨੂੰ ਦੱਸ ਦਿੱਤਾ ਗਿਆ ਹੈ ਕਿ ਉਹਨਾਂ ਨੇ ਆਪਣੇ ਅਗਲੇ ਗਾਣੇ ਦੀ ਸ਼ੂਟਿੰਗ ਡਨ ਕਰ ਲਈ ਹੈ ਤੇ ਹੋ ਸਕਦਾ ਹੈ ਕਿ ਉਹ ਗਾਣਾ ਜਲਦ ਹੀ ਰਿਲੀਜ਼ ਵੀ ਹੋ ਜਾਵੇ। ਆਓ ਫਿਰ ਤੁਸੀਂ ਚੈੱਕ ਕਰੋ ਸੁਖੀ 뮤지컬 ਡਾਕਟਰਸ ਦੀ ਇਸ ਪੋਸਟ ਨੂੰ। ਨਵਾਂ ਸੌਂਗ ਦਾ ਸ਼ੂਟ ਡਨ, ਆਰ ਯੂ ਆਲ ਐਕਸਾਈਟਿਡ? ਇਸ ਕੈਪਸ਼ਨ ਨੂੰ ਪੜ੍ਹਨ ਤੋਂ ਬਾਅਦ ਮੈਂ ਤਾਂ ਬਹੁਤ ਜ਼ਿਆਦਾ ਐਕਸਾਈਟਿਡ ਹੋ ਗਈ ਹਾਂ ਸੁਖੀ 뮤지컬 ਡਾਕਟਰਸ ਦੀ ਆਵਾਜ਼ ਵਿੱਚ ਇੱਕ ਨਵਾਂ ਗਾਣਾ ਸੁਣਨ ਲਈ ਤੇ ਉਹਨਾਂ ਨੂੰ ਉਸ ਵੀਡੀਓ ਵਿੱਚ ਦੇਖਣ ਲਈ। ਇਹ ਤੇ ਮੈਂ ਤੁਹਾਨੂੰ ਦੱਸ ਦਵਾਂ ਕਿ ਜਿੱਥੇ ਅਸੀਂ ਸਾਰੇ ਐਕਸਾਈਟਿਡ ਹਾਂ ਉੱਥੇ ਹੀ ਸੁਖੀ 뮤지컬 ਡਾਕਟਰਸ ਦੇ ਫੈਨਸ ਵੀ ਬਹੁਤ ਐਕਸਾਈਟਿਡ ਨੇ ਉਹਨਾਂ ਦੇ ਅਗਲੇ ਗਾਣੇ ਲਈ, ਕਿਉਂਕਿ ਸਾਨੂੰ ਕਮੈਂਟ ਸੈਕਸ਼ਨ ਵਿੱਚ ਦੇਖਣ ਨੂੰ ਮਿਲਿਆ ਕਿ ਲੋਕ ਬਹੁਤ ਜ਼ਿਆਦਾ ਐਕਸਾਈਟਿਡ ਹੋ ਚੁੱਕੇ ਨੇ ਉਹਨਾਂ ਦੇ ਅਗਲੇ ਗਾਣੇ ਨੂੰ ਸੁਣਨ ਲਈ। ਤੇ ਇੱਥੇ ਹੁਣ ਜੇ ਮੈਂ ਗੱਲ ਕਰਾਂ ਸੁਖੀ 뮤지컬 ਡਾਕਟਰਸ ਦੀ ਲੇਟੈਸਟ ਕੋਲੈਬੋਰੇਸ਼ਨ ਦੀ, ਤੇ ਰੀਸੈਂਟਲੀ ਅਸੀਂ ਉਹਨਾਂ ਨੂੰ ਕੋਲੈਬੋਰੇਟ ਕਰਦੇ ਹੋਏ ਦੇਖਿਆ ਸੀਗਾ ਨੇਹਾ ਕੱਕੜ ਦੇ ਨਾਲ ਉਹਨਾਂ ਦੇ ਰੀਸੈਂਟ ਸੌਂਗ ਵਾਹ ਵਈ ਵਾਹ ਦੇ ਵਿੱਚ। ਉਸ ਕੋਲੈਬੋਰੇਸ਼ਨ ਨੂੰ ਸਾਰਿਆਂ ਵੱਲੋਂ ਖੂਬ ਪਸੰਦ ਵੀ ਕੀਤਾ ਗਿਆ ਸੀ ਤੇ ਅਸੀਂ ਸਾਰਿਆਂ ਨੇ ਵੀ ਉਸ ਗਾਣੇ ਨੂੰ ਖੂਬ ਇੰਜੋਏ ਕੀਤਾ ਸੀ ਤੇ ਸਾਰਿਆਂ ਨੇ ਇਸ ਗਾਣੇ ਤੇ ਕਾਫੀ ਟਿਕਟੌਕ ਵੀਡੀਓਜ਼ ਵੀ ਬਣਾਈਆਂ ਸੀ ਤੇ ਉੱਥੇ ਹੀ ਨੇਹਾ ਕੱਕੜ ਤੇ ਸੁਖੀ 뮤지컬 ਡਾਕਟਰਸ ਦੀ ਇਸ ਗਾਇਕੀ ਨੂੰ ਸਾਰਿਆਂ ਵੱਲੋਂ ਖੂਬ ਪਸੰਦ ਵੀ ਕੀਤਾ ਗਿਆ ਸੀ ਤੇ ਹੁਣ ਮੈਂ ਤੁਹਾਨੂੰ ਦੱਸ ਦਵਾਂ ਕਿ ਅਸੀਂ ਹੁਣ ਤੱਕ ਸੁਖੀ 뮤지컬 ਡਾਕਟਰਸ ਦੇ ਕਾਫੀ ਸੁਪਰਹਿਟ ਟ੍ਰੈਕਸ ਨੂੰ ਇੰਜੋਏ ਵੀ ਕਰ ਚੁੱਕੇ ਹਾਂ। ਉਹਨਾਂ ਦੇ ਟ੍ਰੈਕਸ ਜਿਵੇਂ ਕਿ ਵਾਹ ਵਈ ਵਾਹ, ਕੋਕਾ, ਬੰਬ, ਸੁਪਰਸਟਾਰ, ਆਈ ਨੀਡ ਯਾ ਅਤੇ ਕਈ ਹੋਰ। ਸੋ ਜਿੱਥੇ ਅਸੀਂ ਸੁਖੀ 뮤지컬 ਡਾਕਟਰਸ ਦੇ ਹੁਣ ਤੱਕ ਇਹਨੇ ਸੁਪਰਹਿਟ ਸੌਂਗਸ ਨੂੰ ਇੰਜੋਏ ਕੀਤਾ ਹੈ, ਮੈਨੂੰ ਪੂਰੀ ਉਮੀਦ ਹੈ ਕਿ ਉਹਨਾਂ ਦਾ ਆਉਣ ਵਾਲਾ ਇੱਕ ਗਾਣਾ ਵੀ ਸੁਪਰਹਿਟ ਹੋਵੇਗਾ। ਬਾਕੀ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਗਾਣਾ ਕਿਸ ਜੋਨਰ ਦਾ ਹੋਵੇਗਾ ਅਤੇ ਇਸਦਾ ਟਾਈਟਲ ਕੀ ਹੋਵੇਗਾ, ਮੈਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ। ਬਾਲੀਵੁੱਡ ਅਤੇ ਬਾਲੀਵੁੱਡ ਨਾਲ ਜੁੜੀਆਂ ਨਵੀਆਂ ਅਪਡੇਟ ਜਾਣਨ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ gabru.com, ਪ੍ਰੈਸ ਦ ਬੈਲ ਆਈਕਨ ਟੂ ਨੈਵਰ ਮਿਸ ਅ ਵੀਡੀਓ ਫਰੋਮ ਗਬਰੂ। ਬਹੁਤ ਇੰਪੋਰਟੈਂਟ ਸੂਚਨਾ ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗਬਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗਬਰੂ ਦੀ ਮੋਬਾਈਲ ਐਪ। ਹੁਣੇ ਇੰਸਟਾਲ ਕਰੋ ਗਬਰੂ ਐਪ, ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ।